ਥੱਲੇ ਆਇਆ ਗਿਆ ਜਿਹੜਾ ਏਰੀਆ ਹੈ ਉਹ ਬੜਾ ਵੀਵੀਆਈਪੀ ਏਰੀਆ ਕਿਉਂਕਿ ਕੁਛ ਹੀ ਦੇਰ ਦੇ ਲਈ ਦੇ ਸਿਕਰੀਟ ਵੀ ਹੈਗਾ ਪੰਜਾਬ ਤੇ ਹਰਿਆਣਾ ਦਾ ਪਰ ਨਾਲ ਦੇ ਨਾਲ ਬਿਲਕੁਲ ਇਸ ਦੇ ਸਾਹਮਣੇ ਜੇ ਗੱਲ ਕਰੀਏ ਡੇਢ ਤੋਂ 2 ਕਿਲੋਮੀਟਰ ਦੇ ਵਿੱਚ ਵਿੱਚ ਸੀਐਮ ਦਾ ਜਿਹੜਾ ਪੰਜਾਬ ਤੇ ਹਰਿਆਣਾ ਸੀਐਮ ਦਾ ਜਿਹੜਾ ਨਿਵਾਸ ਵੀ ਹੈਗਾ ਪਰ ਬਿਲਕੁਲ ਸਾਹਮਣੇ ਜੇ ਗੱਲ ਕਰੀਏ 1.25 ਕਿਲੋਮੀਟਰ ਦੇ ਵਿੱਚ ਉੱਥੇ ਤੁਹਾਨੂੰ ਦੱਸ ਦਈਏ ਕਿ ਹੈਲੀਪੈਡ ਹੈ ਜਿੱਥੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਹੈਲੀਕਾਪਟਰ ਉਤਰਦਾ ਤਾਂ ਕਿਤੇ ਨਾ ਕਿਤੇ ਇਸ ਕਰਕੇ ਵੀ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਬਹੁਤ ਇੱਕ ਨੈਸ਼ਨਲ ਇਸ਼ੂ ਵੀ ਜਿਹੜਾ ਹੈ ਉਹ ਬਣ ਸਕਦਾ ਸੀਗਾ ਇੱਕ ਬਹੁਤ ਵੱਡਾ ਖਤਰਾ ਸੀਗਾ ਜਿਹੜਾ ਹੁਣ ਫਿਲਹਾਲ ਟਾਲ ਦਿੱਤਾ ਗਿਆ ਤੇ ਕੁਝ ਹੀ ਦੇਰ ਚ ਤੁਹਾਨੂੰ ਦੱਸ ਦਈਏ ਕਿ ਬੰਬ ਸਕੁਆਡ ਜਿਹੜੀ ਹੈ ਉਹ ਬੰਬ ਨੂੰ ਡਿਫਿਊਜ਼ ਕਰ ਦੇਗੀ ਕਿਉਂ ਨਹੀਂ ਕੀਤਾ ਜਾ ਰਿਹਾ ਅਬ ਇਹ ਤਾਂ ਆਰਮੀ ਵਾਲੇ ਹੀ ਬਤਾ ਸਕਦੇ ਹਨ ਉਹਨਾਂ ਨੇ ਦੇ ਆ ਟੇਕਨ ਦ ਡਿਸੀਜਨ ਕਿ ਦੇ ਵਾਂਟ ਟੂ ਕੈਰੀ ਟੂ ਦਾ ਕਮਾਂਡ ਤੋਂ ਬੋਲੇ ਤੇ ਇਹ ਪਤਾ ਲੱਗ ਪਾਇਆ ਕਿ ਇਹ ਕਿਸ ਤਰੀਕੇ ਦਾ ਬੰਬ ਹੈਗਾ ਅਬ ਇਹ ਐਸਾ ਕੁਝ ਨਹੀਂ ਹੈ ਉਹਨਾਂ ਨੇ ਐਨਲਾਈਜ਼ ਕਰਨਾ ਹੈ ਅਭੀ ਸਰ ਆਪ ਕੇ ਕਿਆ ਨਾਮ ਹੈ ਮੇਰਾ ਨਾਮ ਸੰਜੀਵ ਕੋਲੀ ਹੈ ਕੋਲੀ ਸਰ ਇੱਕ ਚੀਜ਼ ਹੋ ਰਿਹਾ ਕਿ ਪਹਿਲਾਂ ਜਿਹੜਾ ਡਿਸੀਜਨ ਲਿੱਤਾ ਗਿਆ ਸੀ ਤਾਂ ਉੱਥੇ ਪੂਰਾ ਇਕਵਿਪਮੈਂਟ ਜਿਹੜੇ ਹੈਗੇ ਉਹ ਲਾ ਕੇ ਪੂਰਾ ਉੱਥੇ ਕੀਤਾ ਸੀ ਅਚਾਨਕ ਡਿਸੀਜਨ ਜਿਹੜਾ ਚੇਂਜ ਹੋ ਉਹ ਉਹਨਾਂ ਦੀ ਜੋ ਟੀਮ ਦੇ ਕਮਾਂਡਰ ਹੈ ਉਹਨਾਂ ਨੇ ਦੇ ਆ ਟੇਕਨ ਦਾ ਡਿਸੀਜਨ ਨਾ ਉਹਦੇ ਹੀ ਇਜ਼ ਦਾ ਰਾਈਟ ਪਰਸਨ ਬੰਬ ਤੋਂ ਜਾ ਕੇ ਲੈ ਗਿਆ ਵੀ ਇਹ ਰਸਤਾ ਕਲੀਅਰ ਕਰਨਾ ਹੈ ਠੀਕ ਹੈ ਤਾਂ ਬਿਲਕੁਲ ਮੈਂ ਤੁਹਾਨੂੰ ਦੱਸ ਦਈਏ ਕਿ ਇੱਥੋਂ ਲੈ ਜਾਇਆ ਜਾ ਰਿਹਾ ਹੈ ਪਹਿਲਾਂ ਕਿਹਾ ਗਿਆ ਸੀ ਇੱਥੋਂ ਡਿਸਪੋਜ਼ ਕੀਤਾ ਜਾਏਗਾ ਪੂਰੀ ਤਿਆਰੀ ਕੀਤੀ ਗਈ ਸੀ ਬੰਬ ਸਕੁਆਡ ਪਹੁੰਚੀ ਸੀ ਕਿ ਆਰਮੀ ਪਹੁੰਚੀ ਸੀ ਪਰ ਉਸ ਤੋਂ ਬਾਅਦ ਹੁਣ ਜਿਹੜੀ ਅਪਡੇਟ ਮਿਲ ਰਹੀ ਹੈ ਕਿ ਇੱਥੋਂ ਬੰਬ ਨੂੰ ਸ਼ਿਫਟ ਕਰਕੇ ਚੰਡੀ ਮੰਦਰ ਲੈ ਜਾਇਆ ਜਾਏਗਾ ਕਿਉਂਕਿ ਇੱਥੇ ਬੰਬ ਡਿਫਿਊਜ਼ ਨਹੀਂ ਹੋ ਸਕਿਆ ਰੋਡ ਕਲੀਅਰ ਕਰਵਾਈ ਜਾ ਰਹੀ ਹੈ ਤਾਂ ਕਿ ਇੱਥੇ ਏਰੀਆ ਚੰਡੀ ਮੰਦਰ ਲੈ ਜਾਇਆ ਜਾਏਗਾ ਉਸ ਨੂੰ ਡਿਫਿਊਜ਼ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਅੱਗੇ ਜਾ ਕੇ ਇਹਨੂੰ ਬੰਬ ਨੂੰ ਡਿਸਪੋਜ਼ ਕੀਤਾ ਜਾਏਗਾ ਡਿਸਪੋਜ਼ ਹੋਏਗਾ ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਕੀ ਕਾਰਨ ਰਿਹਾ ਕੀ ਪ੍ਰੋਸੀਜਰ ਰਿਹਾ ਉਸ ਬਾਰੇ ਕੋਈ ਵੀ ਜਾਣਕਾਰੀ ਆਰਮੀ ਦੇ ਆਲਾ ਅਧਿਕਾਰੀ ਜਾਂ ਫਿਰ ਜੋ ਡਿਜ਼ਾਸਟਰ ਮੈਨੇਜਮੈਂਟ ਦੇ ਲੋਕ ਨੇ ਉਹ ਪਹੁੰਚ ਰਹੇ ਹੁਣ ਨਹੀਂ ਦਿੱਤੀ ਹੈ ਪਰ ਇਹਨਾਂ ਜ਼ਰੂਰ ਦੱਸ ਦਿੱਤਾ ਹੈ ਕਿ ਇੱਥੋਂ ਇਸ ਏਰੀਆ ਨੂੰ ਸਿਕਿਉਰ ਕਰਨ ਲਈ ਆਪਾਂ ਦੇਖ ਸਕਦੇ ਤਸਵੀਰਾਂ ਕੈਮਰਾਮੈਨ ਸੁਨੀਲ ਦੇ ਨਾਲ ਬਸਮ ਵਰਮਾ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਚੰਡੀਗੜ੍ਹ।